ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਅਸੀਂ ਆਪਣੇ ਖੇਤ ਆਏਂਗੇ ਮੇਥੀ ਲੈਣ ਵਾਸਤੇ। ਆ ਦੇਖੋ ਅੱਜ ਤੁਹਾਨੂੰ ਸਬਜ਼ੀਆਂ ਦਿਖਾਈਏ, ਮੇਥੀ ਬਣਾਵਾਂਗੇ ਘਰੇ ਚੱਲ ਕੇ। ਆ ਦੇਖੋ ਇੱਥੇ ਮੇਥੀ ਵੀ ਲੱਗੀ ਹੋਈ ਆ ਤੇ ਪਾਲਕ ਵੀ ਆ। ਕਿੰਨੇ ਵਧੀਆ ਪੀੜੇ ਪੀੜੇ ਫੁੱਲ ਆਏ ਹੋਏ ਆ ਮੇਥੀ ਨੂੰ। ਤੇ ਜਦੋਂ ਇਹ ਪੱਕ ਗਈ ਤੇ ਉਸ ਤੋਂ ਬਾਅਦ ਇਹਦਾ ਬੀਜ ਤਿਆਰ ਹੋ ਜੂਗਾ। ਤੇ ਹੁਣ ਆਪਾਂ ਗਾਜਰਾਂ 'ਚ ਪਾਉਣ ਵਾਸਤੇ ਤੋੜਦੇ ਹਾਂ। ਆਇਓ ਜੀ ਹੋਰ ਸਬਜ਼ੀ ਦਿਖਾਵਾਂਗੇ। ਲਸਣ ਲੱਗਿਆ, ਆਹ ਲਸਣ ਲੱਗਿਆ ਹੋਇਆ ਜੀ, ਮੇਥੇ ਵੀ ਲੱਗੇ ਹੋਏ ਆ, ਪਾਲਕ ਵੀ ਲੱਗਿਆ ਹੋਇਆ। ਆ ਮੇਥੇ ਲੱਗੇ ਆ, ਆ ਪਾਲਕ ਆ ਜੀ, ਪੱਕਿਆ ਪਿਆ ਇਹ ਬੀ ਵਾਸਤੇ ਰੱਖਿਆ ਹੋਇਆ ਗਾ ਤੇ ਤਾਂ ਕਿ ਗਾਂ ਨੂੰ ਦੇ ਸਕੇ। ਆ ਧਨੀਆ ਜੀ, ਆ ਦੇਖੋ ਧਨੀਏ ਉੱਪਰ ਵੀ ਫੁੱਲ ਆ ਰਹੇ ਆ ਜੀ। ਆ ਹਾਲੂ ਆ ਜੀ, ਉਹ ਵੀ ਫੁੱਲ ਆ ਰਹੇ ਆ ਜੀ। ਆ ਦੇਖੋ ਆ ਗਾਜਰਾਂ ਨੇ ਜੀ, ਆਪਾਂ ਗਾਜਰਾਂ ਵੀ ਪੱਟਾਂਗੇ ਜੀ ਤਾਂ ਕਰਕੇ ਪੱਟੀ ਨਹੀਂ ਜਾ ਰਹੀਆਂ ਮੱਟ ਇੱਕ ਲੱਗੀ ਪੱਟੀ ਫੜੀਆਂ ਨੇ ਸਾਜਰਾਂ ਤਾਂ ਪੱਟੀਆਂ ਨਹੀਂ। ਆ ਗੋਭੀ ਆ ਜੀ, ਆ ਦੇਖੋ ਹੁਣ ਅਗਲੇ ਮਹੀਨੇ 'ਚ ਫੁੱਲ ਨਿਕਲ ਆਉਣਗੇ, ਨਿਕਲ ਹੀ ਜਾਂਦੇ ਆ ਛੋਟੇ ਛੋਟੀ ਆ। ਆ ਤਾਂ ਬਸ ਆ ਦੇਖੋ ਜੀ, ਆ ਬਾਥੂ ਹੈਗਾ ਉੱਥੇ ਹੀ ਹੋਇਆ ਗਾ। ਇਹਨਾਂ ਦੇ ਲੱਡੂ ਵੀ ਬਣਾ ਸਕਦੇ ਹਾਂ ਜੀ ਆਪਾਂ ਬਾਥੂ ਵਾਲੇ। ਅਤੇ ਵੈਸੇ ਇਹ ਲੱਡੂਆਂ ਵਾਸਤੇ ਹੀ ਰੱਖਿਆ ਹੋਇਆ ਗਾ ਜੀ, ਆ ਦੇਖੋ ਲੱਡੂ ਬਣਾਉਣ ਵਾਸਤੇ ਹੀ ਰੱਖਿਆ ਗਾ। ਦਿਖਾਉਣੇ ਆਗੇ ਗੰਨੇ,
ਮੱਛੀਆਂ ਪਾਲਦੇ ਨੇਗੇ ਆ ਦੇਖੋ ਜੀ ਮੱਛੀਆਂ ਪਾਲਦੇ ਆ ਇੱਥੇ ਮੱਛੀ ਫਾਰਮ ਬਣਿਆ ਹੋਇਆ ਮਸ਼ੀਨ ਰੱਖੀ ਹੋਈ ਆ ਵਿੱਚ ਲਸਣ ਲੱਗਿਆ ਹੋਇਆ ਜੀ ਮੇਥੇ ਵੀ ਲੱਗੇ ਹੋਏ ਆ ਪਾਲਕ ਵੀ ਲੱਗਿਆ ਹੋਇਆ ਮੇਥੇ ਲੱਗੇ ਆ ਪਾਲਕਾ ਜੀ ਪੱਕਿਆ ਪਿਆ ਇਹ ਵੀ ਵਾਸਤੇ ਰੱਖਿਆ ਹੋਇਆ ਗਾ ਤੇ ਤਾਂ ਕਿ ਗਾਂ ਨੂੰ ਵੇਚ ਸਕੇ ਆਹ ਧਨੀਆ ਜੀ ਆਹ ਦੇਖੋ ਧਨੀਏ ਉੱਪਰ ਵੀ ਫੁੱਲ ਆ ਰਿਹਾ ਜੀ ਆਹ ਆਲੂ ਆ ਜੀ ਉੱਤੇ ਵੀ ਫੁੱਲ ਆ ਰਿਹਾ ਜੀ ਆਹ ਦੇਖੋ ਆਹ ਗਾਜਰਾਂ ਨੇ ਜੀ ਆਪਾਂ ਗਾਜਰਾਂ ਵੀ ਪੱਟਾਂਗੇ ਜੀ ਤਾਂ ਕਰਕੇ ਪੱਟੀ ਨਹੀਂ ਜਾ ਰਹੀਆਂ ਮੱਟ ਇੱਕ ਲੱਗੀ ਪੱਟੀ ਕਿਉਂ ਕਿਤੇ ਫੜੀਆਂ ਨੇ ਗਾਜਰਾਂ ਤਾਂ ਪੱਟੀਆਂ ਲੱਗੀਆਂ ਆਹ ਗੋਭੀ ਆ ਜੀ ਆਹ ਦੇਖੋ ਹੁਣ ਅਗਲੇ ਮਹੀਨੇ 'ਚ ਫੁੱਲ ਨਿਕਲ ਆਉਣਗੇ ਨਿਕਲ ਹੀ ਜਾਂਦੇ ਆ ਛੋਟੇ ਛੋਟੀ ਆ ਆਹ ਤਾਂ ਬਸ ਆਹ ਦੇਖੋ ਜੀ ਆਹ ਬਾਥੂ ਹੈਗਾ ਰੱਖਿਆ ਹੀ ਹੋਇਆ ਗਾ ਇਹਨਾਂ ਦੇ ਲੱਡੂ ਵੀ ਬਣਾ ਸਕਦੇ ਹਾਂ ਜੀ ਆਪਾਂ ਬਾਥੂ ਵਾਲੇ ਅਤੇ ਵੈਸੇ ਇਹ ਲੱਡੂਆਂ ਵਾਸਤੇ ਹੀ ਰੱਖਿਆ ਹੋਇਆ ਗਾ ਜੀ